ਬੀਤੇ ਦਿਨੀ ਲੁਧਿਆਣਾ ਦੇ ਗੁਰਪਾਲ ਨਗਰ ਸਥਿਤ ਪ੍ਰਾਚੀਨ ਸ਼ਿਵ ਮਹਿਮਾ ਮੰਦਰ 'ਚ ਪੁਰਾਣੇ ਸ਼ਿਵਲਿੰਗ ਦੀ ਜਗ੍ਹਾ ਨਵੇਂ ਸ਼ਿਵਲਿੰਗ ਦੀ ਸਥਾਪਨਾ ਕਰਨ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਮਿਲੇ ਪੁਰਾਤਨ ਸਿੱਕੇ, ਰੁਦਰਾਕਸ਼ ਦੀ ਮਾਲਾ, ਸੰਖ ਅਤੇ ਸ਼ਿਵ ਪਰਿਵਾਰ, ਪੰਜ ਸ਼ਿਵਲਿੰਗ ਮਿਲਣ ਤੋਂ ਬਾਅਦ ਚਰਚਾ 'ਚ ਆਏ ਇਸ ਮੰਦਰ ਵਿਖੇ ਇਹਨਾਂ ਪੁਰਾਤਨ ਚੀਜ਼ਾਂ ਨੂੰ ਵੇਖਣ ਲਈ ਭਗਤਾਂ ਦੀ ਭੀੜ ਵੱਧਦੀ ਜਾ ਰਹੀ ਹੈ। ਇਸੇ ਤਹਿਤ ਬੀਤੇ ਦਿਨੀ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਦੇ ਆਗੂ ਸੰਦੀਪ ਪੁਰੀ, ਜਲੰਧਰ ਤੋਂ ਨੀਟੂ ਛੱਟਰਾਂ ਵਾਲਾ ਵੀ ਦਰਸ਼ਨ ਕਰਨ ਪੁੱਜੇ, ਜਿਨ੍ਹਾਂ ਨੂੰ ਮੰਦਰ ਟਰੱਸਟ ਦੇ ਮੁਖੀ ਹਰਵਿੰਦਰ ਸਿੰਘ ਭੰਬਰਾ ਵੱਲੋਂ ਪੂਰਨ ਜਾਣਕਾਰੀ ਦਿੰਦੇ ਹੋਏ ਸਨਮਾਨਿਤ ਵੀ ਕੀਤਾ ਗਿਆ। ਅਸੀਂ ਅੱਜ ਆਪਣੇ ਪ੍ਰਭੂ ਮਹਾਰਾਜ ਦੇ ਤ੍ਰਿਲੋਕੀ ਦੇ ਨਾਥ, ਜਿਨ੍ਹਾਂ ਦੇ ਅਤੇ ਭਰੋਸੇ ਹੀ ਇਹ ਧਰਤੀ ਚੱਲ ਰਹੀ ਹੈ, ਇਹ ਪ੍ਰਗਟ ਹੋਏ ਨੇ। ਭਾਈ ਸਾਹਿਬ ਦਾ ਫੋਨ ਆਇਆ, ਮੈਂ ਜੈਕਬਾਲ ਲਾਲ ਜੀ, ਹਰਦੀਪ ਸ਼ਰਮਾ ਜੀ, ਅਸੀਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਔਰ ਸਾਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਅਸੀਂ ਪਰਮਾਤਮਾ ਦੇ ਦਰਸ਼ਨ। ਉੱਧਰੋਂ ਅਮਰਨਾਥ ਦੀ ਯਾਤਰਾ ਚੱਲ ਰਹੀ ਹੈ, ਇੱਧਰ ਮਹਾਰਾਜ ਜੀ ਪ੍ਰਗਟ ਹੋ ਰਹੇ ਨੇ, ਆਪ ਸਾਕਸ਼ਾਤ ਚਾਰ ਚਾਰ ਨਾਗ ਨਾਗਣੇ ਵੀ ਆ ਰਹੇ ਨੇ। ਕਿਤੇ ਤਾਂ ਕੁਛ ਹੈਗਾ ਹੀ ਹੈ ਨਾ, ਆਪਣੇ ਧਰਮ ਦੇ ਕੰਮ ਵਾਸਤੇ ਆਏ ਹਾਂ। ਮੈਂ ਇੱਥੇ ਆ ਕੇ ਕੋਈ ਵੀ ਕੋਈ ਇਹੋ ਜਿਹਾ ਬਿਆਨਬਾਜ਼ੀ ਨਹੀਂ ਕਰਨੀ ਚਾਹੁੰਦਾ, ਕੋਈ ਲੀਡਰੀ ਨਹੀਂ ਕਰਨੀ ਚਾਹੁੰਦਾ ਔਰ ਨਾ ਹੀ ਮੈਨੂੰ ਕਰਨੀ ਆਉਂਦੀ ਹੈ। ਸਿਰਫ ਅਸੀਂ ਮੰਦਰ ਦੇ ਕੰਮ 'ਚ ਆਏ ਹਾਂ ਔਰ ਮੈਂ ਸਾਰੇ ਭਰਾਵਾਂ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਇਹ ਕੰਮ ਦੇ ਵਿੱਚ ਹਿੱਸਾ ਲਓ। ਸਰ, ਅੱਜ ਸ਼ਿਵਜੀ ਮਹਾਰਾਜ ਨੇ ਇੱਥੇ ਸਾਕਸ਼ਾਤ ਦਰਸ਼ਨ ਦਿੱਤੇ ਲੁਧਿਆਣੇ ਦੇ ਵਿੱਚ। ਸਾਡਾ ਲੁਧਿਆਣਾ ਸ਼ਹਿਰ ਇੱਕ ਹੁਣ ਯਾਨੀ ਕਿ ਜਿਹੜਾ ਨਾ ਪਵਿੱਤਰ ਹੋ ਗਿਆ। ਸ਼ਿਵਜੀ ਮਹਾਰਾਜ ਨੇ ਉੱਤੋਂ ਅਮਰਨਾਥ ਯਾਤਰਾ ਦੀ ਸੇਵਾ ਚੱਲ ਰਹੀ ਹੈ ਔਰ ਇਹ ਸਾਕਸ਼ਾਤ ਸ਼ਿਵਜੀ ਮਹਾਰਾਜ ਜੀ ਦਾ ਰੂਪ ਹੈ ਔਰ ਵਿਰਾਟ ਰੂਪ ਹੈ ਔਰ ਜਿਹੜਾ ਵਿਰਾਟ ਰੂਪ ਹੈ ਇਸ ਨੂੰ ਆਪਾਂ ਮੰਨ ਕੇ ਸੱਚੀ ਸ਼ਰਧਾ ਨਾਲ ਮੰਨ ਕੇ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਈਏ, ਇਹਨਾਂ ਦੇ ਦਰਸ਼ਨ ਕਰੀਏ। ਅੱਜ ਜੀ ਇਸ ਮੰਦਰ ਦੀ ਮਹਿਮਾ ਸੁਣ ਕੇ ਸਾਡੇ ਬੜੇ ਸਤਿਕਾਰਯੋਗ ਸਾਡੇ ਵੱਡੇ ਵੀਰ ਜੀ ਸੁਧੀਰ ਸੂਰੀ ਜੀ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਦੇ ਪ੍ਰਧਾਨ ਸਪੈਸ਼ਲ ਸ਼ਿਵਲਿੰਗ ਅਦਭੁਤ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਉਹਨਾਂ ਸਾਡੇ ਨਾਲ ਲਾਲੀ ਜੀ ਜੈਗਵਾਲ ਲਾਲੀ ਜੀ ਅਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਨੀਟੂ ਛੱਟਣਾ ਵਾਲੇ ਜੀ। ਜਦ ਇਹਨਾਂ ਨੂੰ ਪਤਾ ਲੱਗਿਆ ਵੀ ਲੁਧਿਆਣੇ ਦੇ ਵਿੱਚ ਭਗਵਾਨ ਨੇ ਸਾਕਸ਼ਾਤ ਦਰਸ਼ਨ ਕੀਤੇ ਨੇ ਜੀ, ਇੰਨੀ ਦੂਰੋਂ ਚੱਲ ਕੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਆਏ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਸਦਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬੋਲੋ ਸ਼੍ਰੀ ਸ਼ੰਕਰ ਭਗਵਾਨ ਕੀ ਜੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਦੀਪ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।